ਦਾ ਕਾਫਲਾ ਜਿਹੜਾ ਦਿੱਲੀ ਵੱਲ ਗੁਜ਼ਰਦਾ ਦਾ ਕਿਸ ਤਰ੍ਹਾਂ ਜਿਹੜਾ ਹੈਗਾ ਪੁਲਿਸ ਦਾ ਜਿਹੜਾ ਹੈਗਾ ਬੰਦੋਬਸਤ ਹੁੰਦਾ ਤੁਸੀਂ ਦੇਖ ਸਕਦੇ ਹੋ ਕਿ ਜਗ੍ਹਾ ਜਗ੍ਹਾ ਤੇ ਚੱਪੇ ਚੱਪੇ ਤੇ ਜਿਹੜਾ ਹੈਗਾ ਪੁਲਿਸ ਜਿਹੜਾ ਹੈਗਾ ਲਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਇਹਨਾਂ ਦੇ ਤੇ ਅੱਗੇ ਜਿਹੜਾ ਕਾਫਲਾ ਪਿੱਛੇ ਜਿਹੜੀਆਂ ਪੰਜ ਬੱਸਾਂ ਇਨਕਲੂਡਿੰਗ ਜਿਹੜੀ ਬੱਸ ਦੇ ਵਿੱਚ ਮੈਂ ਆ ਤਾਂ ਤੁਸੀਂ ਇਹ ਦੇਖ ਸਕਦੇ ਹੋ ਕਿ ਜਦੋਂ ਕਿਸਾਨ ਗੁਜ਼ਰਦੇ ਆ ਤਾਂ ਜਿਹੜਾ ਹੈਗਾ ਭੁਗਤਾ ਜਿਹੜਾ ਹੈਗਾ ਭੁਗਤਾ ਪ੍ਰਬੰਧ ਕੀਤਾ ਚੱਪੇ ਚੱਪੇ ਤੇ ਜਿਹੜਾ ਹੈਗਾ ਪੈਣੀ ਨਿਗਾਹ ਰੱਖੀ ਹੋਈ ਜਿਹੜਾ ਆਪਾਂ ਕਹਿੰਦੇ ਸ਼ਾਇਦ ਜਿਹੜਾ ਹੈਗਾ ਕਿਸਾਨਾਂ ਆਗੂਆਂ ਦਾ ਜਾਂ ਤਾਂ ਪ੍ਰੈਸ਼ਰ ਬਿਲਡ ਆਪਾਂ ਜਾਂ ਆਪਾਂ ਕਹਿ ਸਕਦੇ ਇਹਨਾਂ ਦੀ ਸਿਕਿਉਰਿਟੀ ਤੇ ਇੰਨਾ ਜਿਹੜਾ ਹੈਗਾ ਪੁਲਿਸ ਨੇ ਜਿਹੜਾ ਹੈਗਾ ਪੁਲਿਸ ਲਾਈ ਹੋਈ ਜੇ ਆਪਾਂ ਗੱਲ ਕਰੀਏ ਹੁਣ ਇਸ ਵਕਤ ਇੱਥੇ ਪਹੁੰਚ ਗਏ ਤਾਂ ਸਾਹਮਣੇ ਫੇਰ ਤੋਂ ਜਿਹੜਾ ਹੈਗਾ ਤੁਸੀਂ ਜਿਹੜਾ ਹੈਗਾ ਪੁਲਿਸ ਮੁਲਾਜ਼ਮ ਥਾਂ ਥਾਂ ਤੇ ਲੱਗੇ ਜਿਹੜਾ ਹੈਗਾ ਦੇਖ ਸਕਦੇ ਹੋ ਇੱਥੇ ਜਿਹੜਾ ਵੱਡੀ ਗਿਣਤੀ ਦੇ ਵਿੱਚ ਜਿਹੜਾ ਸੀ ਆਰ ਪੀ ਐਫ ਦੇ ਜਾਂ ਆਪਾਂ ਕਹਿੰਦੇ ਅਫਜ਼ਾਨ ਫੋਰਸਾਂ ਜਿਹੜੀਆਂ ਹੁੰਦੀਆਂ ਉਹਨਾਂ ਦੇ ਜਵਾਨ ਲੱਗੇ ਹੋਏ ਆ ਤੇ ਥਾਂ ਥਾਂ ਤੇ ਜਿਹੜਾ ਹੈਗਾ ਬੱਸਾਂ ਦੀ ਰਿਕਾਰਡਿੰਗ ਹੋ ਰਹੀ ਹੈ ਸੋ ਇਹ ਜਿਹੜੀਆਂ ਤਸਵੀਰਾਂ ਤੁਸੀਂ ਗੁਰਪ੍ਰੀਤ ਦੀ ਫੇਸਬੁੱਕ ਪੇਜ ਤੇ ਗੁਰਪ੍ਰੀਤ ਦੇ ਯੂਟਿਊਬ ਚੈਨਲ ਤੇ ਲਗਾਤਾਰ ਲਾਈਵ ਵੇਖਦੇ ਹੋ ਅੱਜ ਜਿਹੜਾ ਹੈਗਾ ਦੁਬਾਰਾ ਤੋਂ ਫਿਰ ਉਹੀ ਰੂਟ ਤੇ ਦੀ ਬੱਸ ਪਾਈ ਗਈ ਹੈ ਦੇਖਣਾ ਕਿ ਸਾਹਮਣੇ ਲੱਗੇ ਪੈਲਸ ਦੇ ਵਿੱਚ ਜਿਹੜਾ ਹੈਗਾ ਅੱਜ ਜਿਹੜਾ ਕਿਸਾਨਾਂ ਨੂੰ ਵਾੜਾ ਜਾਂਦਾ ਤੇ ਨਹੀਂ ਵਾੜਾ ਜਾਂਦਾ ਪਰ ਇੱਕ ਗੱਲ ਨਵਾਂ ਆ ਗਿਆ ਕਿ ਅੱਜ ਇਹਦੇ ਟੈਂਟ ਲਾ ਦਿੱਤਾ ਗਿਆ ਜਿਹੜਾ ਹੈਗਾ ਇਹ ਪਤਾ ਨਹੀਂ ਕੀ ਹੈ ਜਿਹੜਾ ਟੈਂਟ ਦੇ ਜਾਂ ਤਾਂ ਇਹਨਾਂ ਨੂੰ ਚੈੱਕ ਜਿਹੜਾ ਹੈਗਾ ਟੈਂਟ ਤੇ ਕੀਤਾ ਜਾਣਾ ਹੈ ਵੀ ਅੱਜ ਭਾਈ ਅੰਦਰ ਨਹੀਂ ਵਾੜਦੇ ਮੀਡੀਆ ਵੀ ਜਿਹੜੀ ਇਦੋਂ ਬਾਅਦ ਹੀ ਹੁੰਦੀ ਹੈ ਨੈਸ਼ਨਲ ਮੀਡੀਆ ਜਿੰਨੀ ਵੀ ਹੁੰਦੀ ਹੈ ਬਾਕੀ ਦੇਖੋ ਕੀ ਹੁੰਦਾ ਫਿਲਹਾਲ ਦੀ ਘੜੀ ਅੱਜ ਦੁਬਾਰਾ ਤੋਂ ਪੁਲਿਸ ਜਿਹੜਾ ਹੈਗਾ ਉਸ ਤਰ੍ਹਾਂ ਜਿਹੜਾ ਕੱਲ ਦੀ ਤਰ੍ਹਾਂ ਜਿਹੜਾ ਹੈਗਾ ਦੁਬਾਰਾ ਆਉਂਦਾ ਆ ਜਾਂ ਨਹੀਂ ਇਧਰਲੇ ਪਾਸੇ ਲਗਾਤਾਰ ਮੀਡੀਆ ਜਿਹੜੇ ਹੈਗੇ ਆ ਹਾਈ ਲੈਵਲ ਦੇ ਅਫਸਰ ਸਾਹਿਬਾਨ ਆ ਜਿਹੜੇ ਉਹ ਲਗਾਤਾਰ ਪਰ ਅੱਜ ਫਿਰ ਤੋਂ ਜਿਹੜਾ ਹੈਗਾ ਉਸੇ ਜਿਹੜਾ ਅੱਜ ਫਿਰ ਤੋਂ ਉਸੇ ਆਪਾਂ ਕਿਉਂਕਿ ਉਹਦੇ ਚ ਲੈ ਕੇ ਜਾ ਰਹੇ ਆ ਜੋ ਜਿਹੜੇ ਵਿੱਚ ਕੱਲ ਲੈ ਕੇ ਗਏ ਸੀ ਪੈਲਸ ਦੇ ਵਿੱਚ ਫਿਲਹਾਲ ਦੀ ਘੜੀ ਚਾਹੇ ਕਿਸਾਨ ਆਗੂ ਦਾ ਕਹਿਣਾ ਸੀ ਕਿ ਅਸੀਂ ਜਿਹੜਾ ਹੈਗਾ ਅੱਜ ਇਸ ਤਰ੍ਹਾਂ ਨਹੀਂ ਚਾਹੁੰਦੇ ਪਰ ਫਿਰ ਤੋਂ ਇਹਨਾਂ ਨੂੰ ਪੈਲਸ ਦਾ ਦਿਖਾਈ ਦਿੱਤਾ ਇੱਕ ਵਾਰੀ ਇਹ ਪੈਲਸ ਆ ਜਿਹਦੇ ਵਿੱਚ ਜਿਹੜਾ ਅੱਜ ਦੂਸਰੇ ਦਿਨ ਵੀ ਜਿਹੜੀ ਹੈਗੀ ਇਹਨਾਂ ਦੀ ਚੈਕਿੰਗ ਵਗੈਰਾ ਹੋਣੀ ਆ ਕੱਲ ਹੀ ਗੱਲ ਹੋ ਚੁੱਕੀ